ਦੋਸਤੋ ਅੱਜ ਪੂਰੇ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਾਂਗਰਸ ਦੇ ਵੱਲੋਂ ਉਪਵਾਸ ਦਿਵਸ ਮਨਾਇਆ ਜਾ ਰਿਹਾ। ਕੀ ਇਹ ਦਿਵਸ ਹੈ, ਕਿਉਂ ਮਨਾਇਆ ਜਾ ਰਿਹਾ, ਸਾਡੇ ਨਾਲ ਬੁਲਾ ਰਹੇ ਨੇ ਜਿਸ ਬਾਲੀ ਸਾਹਿਬ, ਇਹ ਅੱਜ ਉਪਵਾਸ ਦਿਵਸ ਮਨਾਇਆ ਜਾ ਰਿਹਾ, ਕੀ ਕਾਰਨ ਹੈ, ਕਿਉਂ ਮਨਾਇਆ ਜਾ ਰਿਹਾ? ਦੇਖੋ ਜੀ, ਜੋ BJP ਦਾ ਜੋ ਰੰਗ ਰੂਪ ਸੀ ਅੱਜ ਦੁਨੀਆ ਦੇ ਸਾਹਮਣੇ ਆ ਗਿਆ ਹੈਗਾ। ਜੋ ਹਿੰਦੁਸਤਾਨ 'ਚ ਦਲਿਤ ਭਾਈਚਾਰੇ ਨਾਲ ਹੋਇਆ ਹੈਗਾ, ਉਹ ਸਾਰਾ ਅੱਜ ਸਾਹਮਣੇ ਆ ਗਿਆ ਹੈਗਾ। ਤੁਸੀਂ ਦੇਖ ਸਕਦੇ ਹੋ ਇਸ ਚੀਜ਼ ਨੂੰ ਕਿ ਅੱਜ ਹਿੰਦੁਸਤਾਨ ਦੇ ਅੰਦਰ ਜੋ ਨੰਗਾ ਨਾਚ ਇਸ BJP ਨੇ ਕਰਵਾਇਆ ਔਰ ਭਾਈਚਾਰੇ ਨੂੰ ਅਲੱਗ ਕੀਤਾ, ਉਹ ਤੁਹਾਡੇ ਸਾਹਮਣੇ ਆ। ਅੱਜ ਜਿਹੜੇ ਉਹਦੇ 'ਚ ਸ਼ਹੀਦ ਹੋਏ, ਜਿਹਨਾਂ ਨਾਲ ਬੇਇਨਸਾਫੀ ਹੋਈ, ਅੱਜ ਉਹਨਾਂ ਦੇ ਪ੍ਰਤੀ ਰਾਹੁਲ ਗਾਂਧੀ ਜੀ ਨੇ ਪੂਰੇ ਹਿੰਦੁਸਤਾਨ ਦੇ ਅੰਦਰ ਉਹਦੇ ਸ਼ੋਕ ਪ੍ਰਗਟ ਕੀਤਾ ਔਰ ਹਰ ਸਟੇਟ, ਹਰ ਡਿਸਟ੍ਰਿਕਟ ਦੇ ਵਿੱਚ ਜੋ ਵੀ ਹਿੰਦੁਸਤਾਨ ਦੇ ਅੰਦਰ ਹੋਇਆ ਹੈਗਾ, ਅੱਜ BJP ਦਾ ਜੋ ਚਿਹਰਾ ਹੈਗਾ ਉਹ ਸਭ ਦੇ ਸਾਹਮਣੇ ਆ ਗਿਆ। ਕੋਈ ਵੀ ਭਾਈਚਾਰਾ ਚਾਹੇ ਹੋਵੇ, ਚਾਹੇ ਉਹ ਭਾਈਚਾਰਾ ਮੁਸਲਿਮ ਭਾਈਚਾਰਾ ਹੋਵੇ, ਚਾਹੇ ਉਹ ਸਿੱਖ ਭਾਈਚਾਰਾ ਹੋਵੇ, ਚਾਹੇ ਉਹ ਦਲਿਤ ਭਾਈਚਾਰਾ ਹੋਵੇ, ਚਾਹੇ ਹਿੰਦੂ ਭਾਈਚਾਰਾ ਹੋਵੇ, ਸਾਰਿਆਂ ਨੂੰ ਵੱਖ ਵੱਧ ਕਰਤੀ। ਜੋ ISI ਦੇ ਬਾਰੇ ਅਸੀਂ ਕਹਿੰਦੇ ਹਾਂ ਕਿ 70 ਸਾਲ ਲੱਗ ਗਏ ਉਹਨੂੰ ISI ਨੂੰ ਹਿੰਦੁਸਤਾਨ ਦੇ ਅੰਦਰ, ਮਗਰ BJP ਨੇ ਇਹ 4 ਸਾਲ ਦੇ ਅੰਦਰ ਵੱਖ ਵੱਧ ਜੋ ਕਰ ਦਿੱਤਾ ਹੈਗਾ, ਅੱਜ ਸਾਰਿਆਂ ਦੇ ਸਾਹਮਣੇ ਹੈਗਾ। ਅੱਜ ਜਗ੍ਹਾ ਜਗ੍ਹਾ ਦੇ ਉੱਤੇ ਜਲੂਸ ਜਲਸੇ ਜੋ ਹੈਗਾ, ਉਹ ISI ਨਹੀਂ ਕਾਮਯਾਬ ਹੋ ਪਾਈ, ਮਗਰ BJP ਨੇ ਇਹ 4 ਸਾਲ ਦੇ ਅੰਦਰ ਜੋ ਕਰਕੇ ਦਿਖਾਤਾ, ਹਰ ਮਜ਼ਹਬ ਨੂੰ, ਹਰ ਕੌਮ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਹਿੰਦੁਸਤਾਨ ਦੇ ਅੰਦਰ। ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਹਰ ਕਾਂਗਰਸ ਜਾਂਦੀ ਅੱਜ ਡਿਊਟੀ ਹੈਗੀ ਕਿ ਰਾਹੁਲ ਗਾਂਧੀ ਜੀ 5 ਘੰਟੇ ਤੋਂ 6 ਘੰਟੇ ਤੋਂ ਬੈਠੇ ਹੋਏ ਨੇ ਔਰ ਅੱਜ ਹਰ ਕਾਂਗਰਸ ਦਾ ਜਿਹੜਾ ਵਰਕਰ ਹੈਗਾ, ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਸਾਡੇ ਮੰਤਰੀ ਜੀ ਵੀ ਆਏ ਸਨ, ਸਾਡੇ ਇੰਚਾਰਜ ਵੀ ਇੱਥੇ ਨੇ, ਸਾਰੇ MLA ਸਾਹਿਬਾਨ ਵੀ ਆਏ ਸਨ, ਅੱਜ ਤੁਹਾਡੇ ਸਾਹਮਣੇ ਹੈਗਾ ਜਿਹੜਾ ਅਸੀਂ ਅੱਜ ਇਹ ਰੋਸ਼ ਪ੍ਰਗਟ ਕਰ ਰਹੇ ਹਾਂ। ਕੀ ਨਾਮ ਜੀ ਤੁਹਾਡਾ? ਜੰਗ ਬਹਾਦਰ। ਜੰਗ ਬਹਾਦਰ ਜੀ, ਇਹ ਵਿਰੋਧ ਇੱਕ ਹਿਸਾਬ ਦੇ ਨਾਲ ਪ੍ਰਗਟਾਇਆ ਜਾ ਰਿਹਾ ਤੁਹਾਡੇ ਵੱਲੋਂ, ਤੁਹਾਨੂੰ ਕੀ ਲੱਗਦਾ ਕਿ ਇਹਦਾ ਕੋਈ ਅਸਰ ਹੋਵੇਗਾ? ਨਹੀਂ, ਅਸਰ ਹੋਣਾ ਚਾਹੀਦਾ, ਕਿਉਂ ਨਹੀਂ ਅਸਰ ਹੋਊਗਾ ਇਹਦਾ, ਕਿਉਂਕਿ ਲੋਕਾਂ ਦੀ ਆਵਾਜ਼ ਜਿਹੜੀ ਹੈ ਨਾ, ਉਹ ਖੁਦਾ ਦੀ ਆਵਾਜ਼ ਹੁੰਦੀ ਹੈ, ਠੀਕ ਹੈ ਨਾ। ਔਰ ਜਿੰਨਾ BJP ਤਾਂ ਅੱਜ ਤੱਕ ਸ਼ਡਿਊਲ ਕਾਸਟਾਂ ਦੇ ਹੱਕ 'ਚ ਰਹੀ ਉਹ ਨਹੀਂ, ਠੀਕ ਹੈ ਨਾ, ਜਿੰਨਾ ਘਾਣ ਸ਼ਡਿਊਲ ਕਾਸਟਾਂ ਦਾ BJP ਨੇ ਕੀਤਾ, ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਠੀਕ ਹੈ ਨਾ। ਉਹਨਾਂ ਦੀ ਪੋਲਿਸੀ ਸੀਗੀ ਵੀ ਸੰਵਿਧਾਨ ਨੂੰ ਛੇੜਿਆ ਜਾਵੇ ਔਰ ਉਹ 'ਚ ਰਿਜ਼ਰਵੇਸ਼ਨ ਜਿਹੜੀ ਉਹ ਖਤਮ ਕੀਤੀ ਜਾਵੇ। ਉਹਨੇ ਦੂਜਾ ਵਾਇਆ ਮੀਡੀਆ ਬਣਾ ਲਿਆ ਵੀ ਸੁਪਰੀਮ ਕੋਰਟ ਨੂੰ ਅੱਗੇ ਲਾ ਕੇ ਉਹਨੇ, ਕਿਉਂਕਿ ਜਿਹੜਾ ਚੀਫ ਜਸਟਿਸ ਹੈ ਉਸੇ ਦਾ ਹੀ ਹੈ, ਠੀਕ ਹੈ ਨਾ, ਉਹਨੇ ਜਿਹੜਾ ਹੈਗਾ ਫੈਸਲਾ ਦਲਿਤਾਂ ਦੇ ਖਿਲਾਫ ਕੀਤਾ। ਔਰ ਹੁਣ ਅਸੀਂ ਮੰਗ ਕਰਦੇ ਹਾਂ ਵੀ ਜੁਡੀਸ਼ਰੀ ਜਿਹੜੀ ਹੈ ਸਾਡੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਸਾਡਾ ਨਾ ਸੁਪਰੀਮ ਕੋਰਟ 'ਚ ਜੇ ਕੋਈ ਜਿਹੜਾ ਸਾਡਾ ਮਤਾ ਜਿਹੜਾ ਰੱਖ ਸਕੇ ਜਾਂ ਸਾਡਾ ਪੱਖ ਸੁਣ ਸਕੇ, ਠੀਕ ਹੈ ਨਾ। ਅਸੀਂ ਤਾਂ SC ਡਿਪਾਰਟਮੈਂਟ ਵੱਲੋਂ ਇਹੀ ਕਹਿੰਦੇ ਹਾਂ ਵੀ ਸਾਨੂੰ ਰਿਜ਼ਰਵੇਸ਼ਨ ਜਿਹੜੀ ਹੈ ਉਹ ਜੁਡੀਸ਼ਰੀ 'ਚ ਮਿਲਣੀ ਚਾਹੀਦੀ ਹੈ, ਤਾਂ ਕਿ ਸਾਡੇ ਭਾਈਚਾਰੇ 'ਚੋਂ ਜਿਹੜਾ ਜਸਟਿਸ ਕੋਈ ਬਣੇ ਔਰ ਉਹ ਸਾਡੀ ਗੱਲ ਜਿਹੜੀ ਹੈ ਸੁਣ ਸਕੇ। ਕੀ ਨਾਮ ਜੀ ਤੁਹਾਡਾ? ਕ੍ਰਿਸ਼ਨਾ ਮਿੱਤੂ, ਜਨਰਲ ਸੈਕਟਰੀ, ਪੰਜਾਬ ਪ੍ਰਦੇਸ਼ ਕਾਂਗਰਸ। ਜੇ ਦੇਖਿਆ ਜਾਵੇ ਦਲਿਤਾਂ ਦੇ ਹੱਕ ਲਈ ਤੁਸੀਂ ਅੱਜ ਇਹ ਉਪਵਾਸ ਵਰਤ ਰੱਖ ਰਹੇ ਹੋ, ਉਪਵਾਸ ਦਿਵਸ ਮਨਾ ਰਹੇ ਹੋ, ਇਹ ਤੁਹਾਨੂੰ ਲੱਗਦਾ ਇਹਦਾ ਸਰਕਾਰਾਂ 'ਤੇ ਕੋਈ ਅਸਰ? ਬਹੁਤ ਜ਼ਿਆਦਾ ਅਸਰ ਹੋਏਗਾ, ਕਿਉਂਕਿ ਮਹਾਤਮਾ ਗਾਂਧੀ ਜੀ ਨੇ ਉਪਵਾਸ ਰੱਖ ਕੇ ਹੀ ਅਹਿੰਸਾ ਦੇ ਉਸਤੇ ਚੱਲ ਕੇ ਹੀ ਕੀਤਾ ਸੀ। ਜੋ ਲੋਕ ਚਲੇ ਗਏ, ਜਿਹੜੇ ਦਲਿਤ ਸਮਾਜ ਵਾਲੇ ਚਲੇ ਗਏ, ਉਹਨਾਂ ਨੇ ਫਿਰ ਤਾਂ ਆਉਣਾ ਨਹੀਂ, ਦੁਨੀਆਂ 'ਚ ਮੇਲੇ ਲੱਗਦੇ ਰਹਿੰਦੇ ਆ, ਪਰ ਉਹ ਲੋਕ ਵਾਪਸ ਨਹੀਂ ਆਉਂਦੇ ਜਿਹੜੇ ਦੁਨੀਆਂ ਲਈ ਲੜਦੇ ਨੇ। ਜੇ ਅੰਬੇਦਕਰ ਜੀ ਨੇ ਕਾਂਗਰਸ ਪਾਰਟੀ ਨੂੰ ਇੱਕ ਅਜਿਹਾ ਸੰਵਿਧਾਨ ਦੇ ਕੇ ਪੂਰੇ 18 ਸਾਲ ਇਸ ਤਰ੍ਹਾਂ ਦੇ ਦਲਿਤਾਂ ਨੂੰ ਅੱਗੇ ਲਿਆਂਦਾ ਸੀ, ਮਹਾਤਮਾ ਗਾਂਧੀ ਜੀ ਨੇ ਅੱਗੇ ਲਿਆਂਦਾ ਸੀ, ਅਸੀਂ ਵੀ ਉਹਨਾਂ ਗੱਲਾਂ 'ਚ ਵਿਸ਼ਵਾਸ ਰੱਖਦੇ ਹੋਏ ਦਲਿਤ ਸਮਾਜ ਨਾਲ ਖੜ੍ਹੇ ਹਾਂ, ਕਾਂਗਰਸ ਪਾਰਟੀ ਖੜ੍ਹੀ ਹੈ, ਉਹਨਾਂ ਨਾਲ ਇਨਸਾਫ ਕਰ ਰਹੀ ਹੈ। ਪੰਜਾਬ 'ਚ ਤੁਸੀਂ ਦੇਖਿਆ ਹੀ ਹੈ ਬੰਦ ਕਿੱਡਾ ਵੱਡਾ ਹੋਇਆ, ਪਰ ਕੋਈ ਗੜਬੜ ਕੋਈ ਨਹੀਂ ਹੋਈ, ਕਿਉਂਕਿ ਅਸੀਂ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀ ਉਹ ਦਲਿਤਾਂ ਦੇ ਨਾਲ ਸੀ। ਸਦੀਕ ਸਾਹਿਬ ਮੌਜੂਦ ਨੇ। ਸਦੀਕ ਸਾਹਿਬ, ਉਪਵਾਸ ਰੱਖਣ ਦੀ ਲੋੜ ਪੈ ਗਈ, ਅਸਰ ਹੋਵੇਗਾ ਭਾਜਪਾ 'ਤੇ? ਮੈਂ ਭਾਜਪਾ ਦੇ ਅਸਰ ਦੀ ਜਿਹੜੀ ਗੱਲ ਹੈ, ਉਹ ਤਾਂ ਚੂੰਕਿ ਸਾਰੇ ਹਿੰਦੁਸਤਾਨ 'ਚ ਅੱਜ ਉਪਵਾਸ ਰੱਖਿਆ ਜਾ ਰਿਹਾ, ਪੈਣਾ ਹੀ ਪੈਣਾ, ਪਰ ਇਹ ਜਿਹੜਾ ਉਪਵਾਸ ਹੈ ਇਹ ਉਹਨਾਂ ਵੀਰਾਂ ਦੀ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਨੇ ਉਸ ਦਿਨ, ਜਾਨਾਂ ਲਈਆਂ ਕਿਹਨੇ ਨੇ? ਭਾਜਪਾ ਨੇ ਲਈਆਂ ਨੇ। ਭਾਜਪਾ ਸ਼ਾਸਿਤ ਰਾਜ ਜਿਹੜੇ ਹੈਗੇ ਨੇ, ਇਹ ਦੰਗੇ ਸਿਰਫ ਉੱਥੇ ਹੋਏ ਨੇ, ਹੈ ਜੀ, ਉੱਥੇ ਉਹਨਾਂ ਵੀਰਾਂ ਦੀਆਂ ਜਾਨਾਂ ਗਈਆਂ ਨੇ, ਅਸੀਂ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਇਹ ਉਪਵਾਸ ਕਰ ਰਹੇ ਹਾਂ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਵੀ ਇੰਨਾ ਜ਼ੁਲਮ, ਇੰਨਾ ਤਸ਼ੱਦਦ ਇਸ ਤੋਂ ਪਹਿਲਾਂ ਅਸੀਂ ਕਿਸੇ ਵੀ ਸਰਕਾਰ ਦਾ ਦੇਖਿਆ ਨਹੀਂ ਹੈ। ਸਰਕਾਰਾਂ ਆਉਂਦੀਆਂ ਨੇ, ਜਾਂਦੀਆਂ ਨੇ, ਹੈ ਜੀ, ਉਹ ਆਪਣਾ ਕੰਮ ਕਰਦੀਆਂ ਨੇ, ਲੋਕ ਆਪਣੀਆਂ ਮੰਗਾਂ ਮੰਗਦੇ ਨੇ, ਲੋਕਾਂ ਦਾ ਹੱਕ ਹੈ ਆਪਣੀਆਂ ਮੰਗਾਂ ਮਨਾਉਣੀਆਂ ਜਾਂ ਆਪਣੀਆਂ ਮੰਗਾਂ ਮੰਨਣੀਆਂ, ਪਰ ਇਹਦਾ ਇਹ ਮਤਲਬ ਨਹੀਂ ਵੀ ਤੁਸੀਂ ਗੋਲੀਆਂ ਮਾਰ ਮਾਰ ਕੇ ਲੋਕਾਂ ਨੂੰ ਮਾਰ ਦੇਵੋ, ਤੁਸੀਂ ਉਹਨਾਂ ਦਾ ਬਿਲਕੁਲ ਖਬਰ ਹੀ ਨਾ ਲੱਭੋ ਵੀ ਜਿਹੜੇ ਲੋਕ ਮਰ ਗਏ ਨੇ। ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਮੋਦੀ ਸਰਕਾਰ ਨੇ ਇਸ ਵੇਲੇ ਜੋ ਦਲਿਤਾਂ 'ਤੇ, ਜੋ ਗਰੀਬਾਂ 'ਤੇ, ਜੋ ਬਾਕੀ ਦੇ ਭਾਈਚਾਰਿਆਂ 'ਤੇ
सिवाय उन्हां लोकां नूं छड्ड के जो इन्हां दे सोचदे ने जो इन्हां दे नाल तुरे हुए ने या जो इन्हां दे चमचे ने उन्हां दी सोच तों इलावा जिन्ना हिंदुस्तान आ सारा दुखी है बहुत दुखी है और सोच रहा भी कदों 2019 आवे और असी इस राज भाग में चलता करिए ऐसी सोच सारे दी है। अज सारे लोग इस गलते बैठे इस करके हैं भी उन्हां वीरां दी आत्मा नूं शांति मिले जिन्हें जाना दित्तियां ने इस करके बैठे हैं भी सारे लोगों की एक दुआ है एक अरदास है भई इस जुल्मी राज तो हिंदुस्तान नूं छुटकारा मिले। इस करके मौजूद ने किंगरा साहब किदां देखदे इस उपवास नूं? देखो जिहड़ा सुप्रीम कोर्ट का फैसला है उहदे विच एक बहुत वड्डी डेविएशन है। पहला दलित वर्ग के उत्ते जदों भी कोई तशद्दुद हुंदा सी उहदी कुहार न्यायालय च लगती सी कोर्ट कचहरी च लगती सी क्योंकि कई बार तशद्दुद करन वाली सरकारी मशीनरी ही हुंदी सी। हुण सुप्रीम कोर्ट ने फैसला करके ये कर दिता है कि पहला इहदी इनक्वायरी होएगी जाँच कौन करेगा जिन्हां तों तशद्दुद जिहड़े पहला करवाउंदे रहे ने उही जाँच करनगे। ये बहुत वड्डा डेविएशन है इहनूं असीं रैट्रोग्रेड स्टैप कहांगे। ये जदों भी कोई कानून बनता है कानून हौली 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 सुधरता जाता है। ये एक मौजूदा बीजेपी सरकार दे विच दे जिहड़ा राज भाग दे विच रैट्रोग्रेड स्टैप होया कशू कानून जिहड़ा दो कदम पिछे हटियागा अगे नहीं वधियागा। सो ये गल जिहड़ी है ये बर्दाश्त तो बाहर है क्योंकि मैं भारत दे विच नैशनल शड्यूल्ड कास्ट फाइनेंस कारपोरेशन का CMD रहा 3 साल। मैं उत्थे वेख्या भारत के हर कोने दे विच जाके दलितों की हालत की है तो दलितों के उत्ते तशद्दुद किवें हुंदा है। जे वह तशद्दुद की कुहार जिहड़ी है वह कोर्ट कचहरी च नहीं ना लग के SSP दे दफ्तर च लगनी है फिर लैना की है इहो जिहे कानून तो फिर तो कानून की लोड़ ही कोई नहीं। SSP तो ऑलरेडी इनकुआरी कर लूगा। सो ये जिहड़ा सुप्रीम कोर्ट दे विच केस लड़िया नहीं गया चंगी तरह क्योंकि एडवोकेट जनरल अपीयर नहीं हुए अडिशनल एडवोकेट जनरल अपीयर हुए है। जिहड़े बंदे ने केस किया सीगा उन्हें भी कहा कहिंदा मैं सोचा ही नहीं सी कि एड्डा वड्डा केस बन जाएगा ये तुसीं वेख लो इत्थों पता लग सकदा है कि सरकार ने केस लड़िया कि नहीं लड़िया ना महाराष्ट्र की सरकार ने लड़िया ना केंद्र की सरकार ने चंगी तरह लड़िया। परमजीत कौर परमजीत जी अज उपवास दिवस मना रहे हो तुहानू लगदा कि इहदा कोई असर होगा? बिल्कुल जे दलित भाईचारा आवाज़ उठाऊगा तो वह बिल्कुल असर होना चाहिए क्योंकि जद भी सरकार आँगी एक दलित भाईचारे तो बिना सरकार नहीं हो बन सकती। 85% साडा दलित भाईचारे का वोट बैंक जोड़ा है वह सरकार बना है। अगर सरकार साढ़े संविधान के नाल छेड़छाड़ करती है तो उन्होंने आने वाले समय से खमियाजा भुगतना पड़ेगा। कुल मिला के देखा जाए तो जिला हैडक्वाटर से कांग्रेस के वालों सारे थावान से अज उपवास रखा जा रहा है। उपवास का कारण तुम दस दिता कि दलितों के हक के लिए इन्हों के वालों रोस प्रगटाया जा रहा है। यदा असर आने वाले दिनों में हों नहीं हों दलित भाईचारे दियां मंगां ने उन्होंने मनिया जाता ज नहीं मनिया जाता फिलहाल ये वड्डे सवाल ने। सुप्रीम कोर्ट इन बारे की फैसला लेंदी है क्योंकि यह भी वड्डा सवाल उठ रहा है कि सुप्रीम कोर्ट के दो जजा के बेंच ने फैसला सुनाया जबकि बाकी जजा भी बिच इनवॉल्व करना चाहिए उन्होंने बिच बुला चाहिए फिर कोई फैसला जोड़ा उन्होंने लिया जाना चाहिए। यही कहा जा रहा वड्डे तौर पर सारे दलित भाईचारे वालों भी तो हुण कांग्रेस वालों भी कितना कितने सरकार के प्रभाव हेठा आ के फैसला लिया गया जिसनों वापस लिया जाना चाहिए।